हां जी अस्सलाम वालेकुम ਤੁਸੀਂ ਦੇਖ ਰਹੇ ਹੋ ABTV ਪੰਜਾਬੀ ਅੱਜ ਮੈਂ ਵੀਡੀਓ ਲੈ ਕੇ ਆਇਆ ਜਿਸੇ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਹੋਣਾ ਬੋਨਸ ਇਸਕਰੋ ਬੋਨਸ ਇਸਕਰੋ ਤੁਹਾਨੂੰ ਲਾਵਾਇਦ ਲਾਵਾ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਰੈਮ ਦੀ ਜਿਹੜੀ ਅਪਡੇਟ ਆਈ ਹੈ ਅਗਵਤਨ ਪਹਿਲੇ ਨਵੇਂ ਚੈਨਲ ਸਬਸਕ੍ਰਾਈਬ ਕਰੇ ਬੀਨ ਲਾਈਕ ਕਰੋ ਬੀਨ ਵੱਧ ਤੋਂ ਵੱਧ ਸ਼ੇਅਰ ਕਰੀ ਬਾਕੀ ਨਾਲ ਪਹੁੰਚੋਗੇ ਬੋਨਸ ਇਸਕਰੋ ਇੱਕ ਨਵਾਂ ਬੋਨਸ ਹੈ ਜਿਹੜਾ ਕਿ ਆਇਆ ਹੈ ਜਿਸ ਦੇ ਬਾਰੇ ਮੈਂ ਤੁਹਾਨੂੰ ਡਿਟੇਲ ਨਾਲ ਗੱਲਬਾਤ ਕੋਸ਼ਿਸ਼ ਕਰਾਂ ਕਰਨੀਗੀ ਔਰ ਰੈਮ ਦੀ ਜੇ ਅਸੀਂ ਗੱਲ ਕਰੀਏ ਤੇ ਬੋਨਸ ਜਿਹੜਾ ਹੈਗਾ ਰੈਮ ਦੀ ਐਮਰਜੈਂਸੀ ਆ ਇਹਦੇ ਵਿੱਚ ਉ ਅਗਲੇ ਹਫਤੇ ਤੱਕ ਰੈਟੋ ਸਸਟੇਨਿਓ ਜਲਦੀ ਆ ਰਿਹਾ ਨਵਾ ਉਹਦੇ ਵਿੱਚ ਕੋਈ ਇਹਦੀ ਅਪਡੇਟ ਯਾਨੀ ਕਨਫਰਮੇਸ਼ਨ ਹੈ ਕਿ ਰੈਟੋ ਦੀ ਅਮਰਜੈਂਸੀ ਆਵੇਗਾ ਅਗਲੇ ਹਫਤੇ ਉਮੀਦ ਹੈ ਇਹਦੀ ਅਪਡੇਟ ਆਵੇਗੀ ਜਿਦੇ ਵਿੱਚ ਇਹ ਦੱਸਣਗੇ ਕਿ ਜਿਹੜਾ ਰੈਟੋ ਸਸਟੇਨਿਓ ਉਹਦੇ ਵਿੱਚ ਉਸ ਪੈਕੇਜ ਦੇ ਵਿੱਚ ਹੀ ਰੈਟੋ ਸਸਟੇਨਿਓ ਆਏਗਾ ਰੈਟੋ ਸਸਟੇਨਿਓ ਦੇ ਪੈਕੇਜ ਵਿੱਚ ਹੀ ਰੈਟੋ ਦੀ ਅਮਰਜੈਂਸੀ ਆਏਗਾ ਤੇ ਇਹਦੀ ਪੇਮੈਂਟ ਵਗੈਰਾ ਮਮਕਨ ਹੈ ਜਾ ਕੇ ਅਪ੍ਰੈਲ ਦੇ ਅੰਤ ਤੱਕ ਇਹਦੀ ਅਮਰਜੈਂਸੀ ਆਦੀ ਤੇ ਗੱਲ ਕਰੀਏ ਜੀ ਬੋਨਸ ਇਸ ਕੋਡੀ ਫੀ ਨੋਟ ਕਿੰਨੇ ਤੱਕ ਆਵਰ 8000 ਰੁਪਏ ਤੱਕ ਹੈ ਸੋ 0 ਤੋਂ ਲੈ ਕੇ 8000 ਤੱਕ ਬੋਨਸ ਹੈ ਜੀ ਕਿਦੇ ਲਈ ਹੈ ਜਿਨ੍ਹਾਂ ਦੇ ਕੋਲ ਪਰਤੀਤਾ ਵਗੈਰਾ ਹੈ ਔਰ ਜੇ ਉਹ ਬੰਦੇ ਕਾਜ਼ਨ ਤੇ ਗ੍ਰੈਜੂਏਸ਼ਨ ਦੇ ਜਿਹੜੇ ਬੰਦੇ ਨਹੀਂ ਅਪਲਾਈ ਕਰ ਸਕਦੇ ਉਹਦੇ ਲਈ ਇੱਕ ਅਲਟਰਨੇਟਿਵ ਹੈ ਯਾਨੀ ਕਿ ਕਾਜ਼ਨ ਤੇ ਗ੍ਰੈਜੂਏਸ਼ਨ ਹੈ ਤਾਂ ਜਿਹੜਾ ਸੋਲਟ ਨਹੀਂ ਲੈ ਰਿਹਾ ਵੀ ਬੰਦੇ ਇਥੇ ਉਹਨਾਂ ਦੇ ਲਈ ਇੱਕ ਅਲਟਰਨੇਟਿਵ ਹੈ ਕਿ ਜੇ ਪਰਤੀਤਾ ਵਗੈਰਾ ਹੈ ਤੇ ਉਹਦੇ ਵਿੱਚ ਕੋਈ ਰਿਕੁਆਇਰਮੈਂਟ ਹੈ ਜੇ ਬੰਦੇ ਪੂਰੇ ਕਰਦੇ ਨੇ ਤੇ ਇਹ ਬੋਨਸ ਦਾ ਬੰਦੇ ਆਕਰ ਕਰਨੇ ਜਿਹੜਾ ਕਿ ਇੱਕੋ ਵਾਰੀ ਵਨ ਟਾਈਮ ਦਾ ਮੰਦਾ ਕਰਨਾ ਤੁਸੀਂ 3 ਸਾਲ ਤੱਕ ਮਿਲੇਗਾ ਜਿਹੜਾ ਕਿ ਤੁਸੀਂ ਦਮਾਂਦਾ ਕਰਨਾ ਹੈ ਇਹ 250 ਯੂਰੋ ਤੋਂ 800 ਯੂਰੋ ਤੱਕ ਮਿਲੇਗਾ ਇਹ 6 ਮਹੀਨੇ ਦਾ 6 ਮਹੀਨੇ ਤੁਹਾਨੂੰ ਮਿਲੇਗਾ ਹਰ ਸਾਲ ਦਾ 2021 ਦਾ 2022 ਦਾ 2023 ਦਾ 3 ਸਾਲ ਤੱਕ ਤੁਹਾਨੂੰ ਮਿਲੇਗਾ 250 ਯੂਰੋ ਤੋਂ 800 ਯੂਰੋ ਤੱਕ ਤੜਲਾ ਲਾਗ ਸੀਦਾ ਜਿਹੜਾ ਕਿ ਸਾਲ ਦੇ ਵਿੱਚ ਸਿਰਫ 6 ਮਹੀਨੇ ਤੁਹਾਨੂੰ ਮਿਲਿਆ ਕਰ ਗਿਆ ਤੇ ਅਲਟਰਨੇਟਿਵ ਹੈਗਾ ਜੀ ਇਹ ਲਵਰੋ ਹਤੋਂ ਨੋ ਮਿਲੀ ਹੈ ਜਿਹੜੇ ਪਰਤੀਤਾ ਵਗਰਾ ਵਾਲੀ ক্যাਟਗਰੀ ਹੈ ਕੋਕੋਕੋ ਦੀ ক্যাਟਗਰੀ ਹੈ ਇਹਨਾਂ ਦੇ ਲਈ ਹੈ ਇਹ ਅਲਟਰਨੇਟਿਵ ਹੈ ਕਾਜ਼ ਇੰਟੀਗ੍ਰੇਸ਼ਨ ਦੇ ਜਿਹੜੇ ਬੰਦੇ ਕਾਜ਼ ਇੰਟੀਗ੍ਰੇਸ਼ਨ ਵਗੈਰਾ ਨਹੀਂ ਲੈ ਸਕਦੇ ਉਹਨਾਂ ਨੂੰ ਇਹ ਮਿਲ ਸਕਦਾ ਹੈ ਤੇ ਇਹ ਜੇ ਤੁਸੀਂ ਰੈਟ ਦੀ ਐਮਰਜੈਂਸੀ ਵਗੈਰਾ ਦਾ ਮੰਗਤਾ ਕੀਤਾ ਹੋਵੇ ਤੇ ਫਿਰ ਉਸ ਸੂਰਤ ਵਿੱਚ ਇਹ ਤੁਹਾਨੂੰ ਨਹੀਂ ਮਿਲੇਗਾ ਤੇ ਰੈਟ ਤੋਂ ਪ੍ਰੈਜੈਂਟ ਜਿਹੜੇ ਪਿਛਲੇ ਸਾਲ ਦਾ ਰੈਟ ਤੋਂ ਸੀ ਪ੍ਰੈਜੈਂਟੇਸ਼ਨ ਦਾ ਮੰਗਤਾ ਜੇ ਤੁਸੀਂ ਪ੍ਰੈਜੈਂਟ ਕਰਨਾ ਦਾ ਮੰਗਦਾ ਇਹ 8145 ਤੋਂ ਵਧ ਨਹੀਂ ਹੋਣਾ ਜਿਹੜਾ ਪਿਛਲੇ ਸਾਲ ਦਾ ਠੀਕ ਹੈ ਜੀ ਇਹਦੇ ਜਿਹੜੇ ਰਿਕੁਆਇਰਮੈਂਟ ਕੀ ਹੈ ਰਿਕੁਆਇਰਮੈਂਟ ਜੇ ਪ੍ਰੋਪਰਸੀ ਦੇਖੀਏ ਤੇ ਰਿਕੁਆਇਰਮੈਂਟ ਹੈਗੀ ਹੈ ਇਹਦੇ ਵਿੱਚ ਇੱਕ ਨੰਬਰ ਦਾ ਹੈ ਸਰ ਇਹ ਤਲਾ ਰਿ ਰੈਗੂਲਰ ਰੈਗੂਲਰ ਹੈ ਪਰਤੀਤਾ ਹੈ ਬੈ ਰੈਗੂਲਰ ਹੀ ਪਰਤੀਤਾ ਹੈ ਵਾ ਤੁਸੀ ਮਾਲਕ ਹੋਣੇ ਚਾਹੀਦੇ ਹੋ ਰੈਗੂਲਰ ਹੀ ਪਰਤੀਤਾ ਹੋਣਾ ਚਾਹੀਦਾ ਹੈ ਦਾਲ ਮੈਨ 4 ਨੀ 4 ਸਾਲਾਂ ਨੂੰ ਠੀਕ ਹੈ ਜੀ ਦੂਸਰਾ ਨੰਬਰ ਦਾ ਹੈ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੇ ਇਸ ਸਾਲ ਦੇ ਮੁਕਾਬਲੇ ਪਿਛਲੇ ਸਾਲ ਦੇ ਜਿਹੜੇ ਨੇ ਪਿਛਲੇ 3 ਸਾਲ ਨੇ ਜਿਹ ਅਬਜ਼ਰਵ ਕਰੀਏ ਤਾਂ ਤੁਹਾਡਾ 50% ਜਿਹੜੀ ਹੈ ਤੁਹਾਡੇ ਇਨਕਮ ਜਿਹੜੀ ਇਕੱਠ ਹੋਈ ਹੋਣੀ ਚਾਹੀਦੀ ਹੈ ਇਹਦੇ ਤੋਂ ਇਲਾਵਾ ਤੁਹਾਡਾ ਜਿਹੜਾ ਰਤੁ ਜਿਹੜਾ 1845 ਤੋਂ ਵਾਦ ਨਹੀਂ ਹੋਣਾ ਚਾਹੀਦਾ ਪਿਛਲੇ ਸਾਲ ਦਾ ਇਸ ਸਾਲ ਦੇ ਮੁਕਾਬਲੇ ਚ ਫਿਰ ਕੰਟਰੀਬੂਟੀ ਵਗੈਰਾ ਤੁਹਾਡੀ ਲਾਜ਼ਮੀ ਹੈ ਪੇ ਹੋਣੀ ਚਾਹੀਦੀ ਹੈ ਟੈਕਸਿਸ ਵਗੈਰਾ ਜਿਹੜੇ ਤੁਹਾਡੇ ਤੇ ਆਉਂਦੇ ਨੇ ਉਹ ਪੇ ਹੋਣ ਚਾਹੀਦੇ ਨੇ ਨੋਨ ਇਸਰੇ ਪੈਨਸ਼ਨਾਤੀ ਪੈਨਸ਼ਨ ਵਗੈਰਾ ਨਹੀਂ ਹੋਣੀ ਚਾਹੀਦੀ ਨੋਨ ਨੋਨ ਪ੍ਰੇਚੀਪੀਰੇ ਐ ਰੈਡੋ ਦੇ ਜੀਤੇ ਦਿਨਾਂ ਦਾ ਰੈਡੋ ਜੀਤੇ ਦਿਨਾਂ ਦਾ ਵਗਾਰਾ ਦਾ ਮੰਗਦਾ ਵੀ ਤੁਸੀਂ ਨਹੀਂ ਕੀਤਾ ਹੋਣਾ ਚਾਹੀਦਾ एस रेस्क्यू स्क्रीत जेस्टियोनी से परात आ एम्स और एम्स से ਤੁਸੀਂ ਯਾਨੀ ਕਿ ਲਿਖੇ ਉਹ ਪ੍ਰੋਪਰ ਹੋਣੇ ਚਾਹੀਦੇ ਹੋ ਫਿਰ ਜੀ ਇਹਦੇ ਦੁਲਾਵਾ ਜੇ ਗੱਲ ਕਰੀਏ ਸੀ ਜਿਹੜੀ ਇਹ ਜਨਰਲ ਰਿਕੁਆਇਰਮੈਂਟ ਸੀ ਇਹਦੇ ਦੁਲਾਵਾ ਤੁਹਾਨੂੰ ਜਦ ਇਹ ਬੋਨਸ ਤੁਹਾਡਾ ਲੱਗੇਗਾ ਤੁਹਾਨੂੰ ਕੋਈ ਸਪੈਸ਼ਲ ਕੋਰਸ ਕਰਨੇ ਪਉਣਗੇ ਜਿਹੜੇ ਕਿ ਆਬਲੀਗਟਰੀ ਹੋਣਗੇ ਠੀਕ ਹੈ ਜੇ ਤੁਸੀਂ ਸਪੈਸ਼ਲ ਇਹ ANPLL ਦੇ اے ਏਜੰਸੀ ਆ ਨੈਸ਼ਨਲ ਐ ਪੋਲੀਟਿਕਾ ਅੱਟਿਵੇ ਦਲ ਲਵੋਰੋ ਇਕੋਟੋਨ ਕੋਰਸ ਵਗੈਰਾ ਲਈ ਜੇ ਬੁਲਾਣਗੇ ਉਹ ਤੁਹਾਨੂੰ ਆਬਲੀਗਟਰੀ ਹੋਵੇਗਾ ਕਿ ਤੁਸੀਂ ਜਾ ਕੇ ਕੋਰਸ ਇਹਨਾਂ ਦੇ ਫਾਲੋ ਕਰੋ ਔਰ ਕਰੋ ਜੇ ਤੁਸੀਂ ਕੋਰਸ ਨਾ ਕਰੋਗੇ ਤੇ ਇਹ ਤੁਹਾਡਾ ਬੋਨਸ ਇਸ ਕਿਲੋ ਜਿਹੜਾ ਹੈ ਇਹ ਤੁਸੀਂ ਖੋਦਿਓਗੇ ਜ਼ਾਇਆ ਕਰ ਦੋਗੇ ਤੇ ਇਹ ਬੋਨਸ ਕਾਦ ਤੋਂ ਸ਼ੁਰੂ ਹੋ ਗਿਆ ਕਦ ਤੱਕ ਦਮਾਂਦਾ ਕਰ ਸਕਦੇ ਹੋ ਇਹਦੀ ਫਿਰ ਲਲ ਡਿਟੇਲ ਨਹੀਂ ਆਈ ਇਹ ਇੱਕ ਪ੍ਰਪੋਜ਼ਲ ਹੈ ਜਿਹੜਾ ਕਿ ਉਮੀਦ ਹੈ ਇਹਨਾਂ ਦਿਨਾਂ ਵਿੱਚ ਐਕਸੈਪਟ ਹੋਵੇਗਾ ਜੋ ਨਵੀਂ ਅਪਡੇਟ ਆਉਂਦੀ ਹੈ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਜੇ ਤੁਹਾਨੂੰ ਵੀਡੀਓ ਵਿਦਿਲੇ ਲੱਗਿਆ ਚੇ ਅੱਗੇ ਵੀ ਸ਼ੇਅਰ ਕਰੋ ਮਿਲਾਂਗੇ ਅਗਲੀ ਵੀਡੀਓ ਵੀ ਤਦ ਤੱਕ ਲਈ ਚਾਹਸਦੇ ਹੋ ਫੇ ਅਮਾਨ ਲਾ